ਵੀਡੀਓ ਦੇਖਦੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਅੱਜ ਅਸੀਂ ਦਵਾਣਾ ਲਿਆਂਦਾ ਅਤੇ ਉਹ ਮਾਤਾ ਕੱਟਣ ਲੱਗੀ ਆ। ਨਵੇਂ ਮੰਜੇ ਦਾ ਮਹੂਰਤ ਕੀਤਾ ਅਸੀਂ ਉਹਦੇ ਕਰਕੇ ਵਾਟਰਮੈਲਨ ਨਾਲ, ਅਤੇ ਕਾਫੀ ਲਾਲ ਨਿਕਲਿਆ, ਵੇਖੋ ਕਿੰਨਾ ਵਧੀਆ। ਕੱਟੋ ਮਾਤਾ ਜੀ ਨੂੰ। ਅਤੇ ਇੱਧਰ ਸਾਡੀ ਫੌਜ ਖੇਡਣ ਦੀ ਆ, ਹੈਲੋ ਕਰ ਦਿਓ ਤਦੂ ਹੈਲੋ। ਅੱਜ ਇਹਨੇ ਜੂੜੀ ਨਹੀਂ ਕੀਤੀ ਹਜੇ, ਸੁੱਤਾ ਉੱਠਿਆ। ਅਤੇ ਇਹ ਤਾਂ ਮਾਤਾ ਦਵਾਣਾ ਕੱਟਣ ਦੀ ਆ। ਤਿਆਰ ਰਹਿ ਗਈਆਂ ਛਿੱਲੜਾਂ, ਇਹਨਾਂ ਨੂੰ ਕਹਿੰਦੇ ਸੁੱਟ ਦਿਓ ਛਿੱਲੜਾਂ ਨੂੰ, ਇਹ ਨਹੀਂ ਚਾਹੀਦੀਆਂ ਹੁਣ। ਅਤੇ ਹੁਣ ਆਪਾਂ ਇਹਦਾ ਵੀ ਇਸਤੇਮਾਲ ਕਰਾਂਗੇ। ਉਹ ਕਿੱਦਾਂ ਕਰਦੇ ਆ ਤੁਹਾਨੂੰ ਦਿਖਾਉਂਦੇ ਹਾਂ ਵੀ ਸੇਵਾ ਆਪਾਂ ਲਾਈ ਆ। ਇਹਨਾਂ ਨੂੰ ਪਹਿਲਾਂ ਇਸ ਤਰੀਕੇ ਨਾਲ ਹੌਲੀ ਹੌਲੀ ਛਿੱਲ ਲੈਣਾ, ਅਤੇ ਇੱਧਰ ਸੇਵਾ ਲੱਗੀ ਆ ਇਹਨੂੰ ਕੱਟਣ ਦੀ, ਇੱਧਰ ਸੇਵਾ ਲੱਗੀ ਇਹਨੂੰ ਕੱਟਣ ਦੀ। ਆਹ ਛਿੱਲਣਾ ਪੂਰੀਆਂ ਛਿੱਲ ਕੇ ਇੱਧਰ ਆਉਂਦੀਆਂ ਜਾਂਦੀਆਂ, ਇੱਧਰ ਸਾਡੇ ਬੰਦੇ ਕਟਿੰਗ ਬੋਰਡ 'ਤੇ ਇਹਨੂੰ ਕੱਟੀ ਜਾਂਦੇ ਆ। ਇਹਦੀ ਅੱਜ ਬਣਾਵਾਂਗੇ ਆਪਾਂ ਟੂਟੀ ਫਰੂਟੀ। ਇਸ ਤਰੀਕੇ ਨਾਲ ਆਪਾਂ ਛੋਟੇ ਛੋਟੇ ਕੱਟ ਲੈਣੇ ਛਿੱਲ ਕੇ ਦੋਵੇਂ ਸਾਈਡਾਂ ਤੋਂ। ਇਹਦੀ ਅੱਜ ਟੂਟੀ ਫਰੂਟੀ ਬਣਾਵਾਂਗੇ, ਜਿਹੜੀ ਆਪਾਂ ਆਮ ਹੀ ਆਈਸਕ੍ਰੀਮਾਂ 'ਤੇ ਪਾ ਕੇ ਜਾਂ ਜੂਸ 'ਚ ਪਾ ਕੇ ਪੀਂਦੇ ਹਾਂ। ਟੂਟੀ ਫਰੂਟੀ ਵੈਸੇ ਤਾਂ ਬਣਦੀ ਆ ਪਪੀਤੇ ਦੀ, ਕੱਚੇ ਪਪੀਤੇ ਦੀ ਬਣਦੀ ਆ, ਅਤੇ ਪਰ ਆਪਾਂ ਅੱਜ ਬਣਾਵਾਂਗੇ ਇਹ ਵਾਟਰਮੈਲਨ ਦੇ ਦੁਬਾਣੇ ਦੀ ਛਿੱਲਣਾਂ ਦੀਆਂ। ਹਾਂਜੀ ਬਣ, ਇਹਦੀ ਵੀ ਬਣ ਜਾਂਦੀ ਹੈ ਵੈਸੇ, ਜਿਹੜੀ ਅਸਲ ਬਣਦੀ ਨਾ ਟੂਟੀ ਫਰੂਟੀ ਉਹ ਕੱਚੇ ਪਪੀਤੇ ਦੀ ਬਣਦੀ ਆ। ਅਤੇ ਅੱਜ ਆਪਾਂ ਬਣਾਵਾਂਗੇ ਇਹ ਦੁਬਾਣੇ ਦੀ ਛਿੱਲਣਾਂ ਦੀਆਂ ਟੂਟੀ ਫਰੂਟੀ, ਕਿਉਂਕਿ ਆਪਾਂ ਕੋਈ ਵੀ ਚੀਜ਼ ਵੇਸਟ ਨਹੀਂ ਕਰਦੇ, ਬਹੁਤ ਘੱਟ ਵੇਸਟ ਕਰਦੇ ਹਾਂ। ਅਤੇ ਇਹ ਹੁਣ ਆਪਾਂ ਕੱਟ ਕੇ ਅਤੇ ਤੁਹਾਨੂੰ ਮਿਲਦੇ ਹਾਂ। ਅਤੇ ਦੁਬਾਣੇ ਦੀ ਛਿੱਲਾਂ ਆਪਾਂ ਦੋਵੇਂ ਵੱਲੋਂ ਛਿੱਲ ਕੇ ਅਤੇ ਇਸ ਤਰੀਕੇ ਨਾਲ ਛੋਟੇ ਛੋਟੇ ਕੱਟ ਲਏ ਆ। ਹੁਣ ਇਹਨੂੰ ਆਪਾਂ ਗਰਮ ਪਾਣੀ 'ਚ ਉਬਾਲਾਂਗੇ। ਪਾਣੀ ਆਪਣਾ ਗਰਮ ਹੋ ਗਿਆ ਅਤੇ ਹੁਣ ਆਪਾਂ ਇਹ ਟੂਟੀ ਫਰੂਟੀ ਦੇ ਪੀਸ ਇਹਦੇ ਵਿੱਚ ਪਾ ਦਾਂਗੇ। ਪਾਣੀ ਦੇ ਵਿੱਚ ਉਬਾਲ ਆਉਣ ਲੱਗ ਪਿਆ ਅਤੇ ਹੁਣ ਤੋਂ ਇਹਨੂੰ 5 ਤੋਂ ਲੈ ਕੇ 7 ਮਿੰਟ ਤੱਕ ਪਕਾਵਾਂਗੇ। ਅਤੇ ਹੁਣ ਵੇਖੋ ਇਹਦਾ ਰੰਗ, ਜਿਹਦੇ ਇਹਨੂੰ ਪਕਾਉਣ ਤੋਂ ਬਾਅਦ ਇਹਦਾ ਰੰਗ ਬਦਲ ਜਾਣਾ, ਇੰਨੇ ਟਰਾਂਸਪੀਟ ਹੋ ਜਾਣਾ, ਅਤੇ ਉਦੋਂ ਤੱਕ ਇਹਨੂੰ ਪਕਾਵਾਂਗੇ। 5 ਮਿੰਟ ਇਹਨੂੰ ਹੋ ਗਏ ਉਬਲਦੇ ਆ, ਅਤੇ ਆਹ ਵੇਖੋ ਤੁਸੀਂ ਇਹਦਾ ਰੰਗ ਬਦਲ ਗਿਆ। ਇੰਨਾ ਕਿ ਇਹਨੂੰ ਆਪਾਂ ਕਰਨਾ ਵਾ, ਅਤੇ ਹੁਣ ਆਪਾਂ ਗੈਸ ਬੰਦ ਕਰਕੇ ਇਹਨੂੰ ਛਾਣ ਲਾਂਗੇ ਚੰਗੀ ਤਰ੍ਹਾਂ। ਅਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਕੋਈ ਵੀ ਚੀਜ਼ ਲੈ ਕੇ ਛਾਨਣੀ ਵਗੈਰਾ ਇਹਨੂੰ ਛਾਣ ਲਾਂਗੇ। ਇਸ ਤਰੀਕੇ ਨਾਲ ਆਪਾਂ ਜਲ ਛਾਨਣੀ ਦੇ ਵਿੱਚ ਕੱਢ ਲਏ, ਇਹਦਾ ਐਕਸਟਰਾ ਪਾਣੀ ਨਿਕਲ ਜੂਗਾ। ਉਸੇ ਪਤੀਲੇ 'ਚ ਆਪਾਂ ਇਹਦੀ ਚਾਹਣੀ ਤਿਆਰ ਕਰਾਂਗੇ। ਇਹਦੇ ਵਿੱਚ ਪਾਵਾਂਗੇ ਆਪਾਂ 1 ਕੌਲੀ ਖੰਡ ਦੀ। ਚਾਹਣੀ ਬਣਾਉਂਦੇ ਸਮੇਂ ਇਹ ਧਿਆਨ ਰੱਖਣਾ ਵੀ ਜਿੰਨੀ ਖੰਡ ਲੈਣੀ ਉਹ ਤੋਂ ਦੁੱਗਣਾ ਪਾਣੀ ਪਾਉਣਾ ਆਪਾਂ। ਅਤੇ 2 ਕੌਲੀਆਂ ਆਪਾਂ ਪਾਣੀ ਦੀਆਂ ਪਾ ਦਾਂਗੇ। ਅਤੇ ਚਾਹਣੀ ਆਪਣੀ ਬਿਲਕੁਲ ਤਿਆਰ ਆ, ਇਹਦਾਂ ਦੀ ਆਪਾਂ ਨੂੰ ਚਿਪ ਚਿਪੀ ਜਿਹੀ ਚਾਹਣੀ ਚਾਹੀਦੀ ਆ। ਅਤੇ ਹੁਣ ਇਹਦੇ ਵਿੱਚ ਆਪਾਂ ਇਹ ਜਿਹੜੇ ਵਾਟਰਮੈਲਨ ਦੇ ਦੁਬਾਣੇ ਦੇ ਆਪਾਂ ਟੂਟੀ ਫਰੂਟੀ ਬਣਾਈ ਹੈ ਇਹਨੂੰ ਪਾ ਦਾਂਗੇ ਇਹਦੇ ਵਿੱਚ। ਪਹਿਲਾਂ ਆਪਾਂ ਇਹਨੂੰ ਪਾਣੀ 'ਚ ਪਕਾਇਆ 5 ਤੋਂ 7 ਮਿੰਟ ਤੱਕ, ਹੁਣ ਇਹਨੂੰ ਚਾਹਣੀ ਦੇ ਵਿੱਚ ਪਕਾਵਾਂਗੇ ਤਾਂ ਜੋ ਰਸਾ ਇਹਦੇ ਅੰਦਰ ਤੱਕ ਚਲੇ ਜੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਤੇ ਇਹਨੂੰ 5 ਤੋਂ 7 ਮਿੰਟ ਤੱਕ ਦੁਬਾਰਾ ਫਿਰ ਪਕਾਵਾਂਗੇ। ਅਤੇ ਟੂਟੀ ਫਰੂਟੀ ਆਪਣੇ ਪੱਕ ਕੇ ਤਿਆਰ ਆ, 5 ਮਿੰਟ ਹੋ ਗਏ ਇਹਨੂੰ ਪੱਕਦਿਆਂ ਚਾਹਣੀ ਦੇ ਵਿੱਚ। ਅਤੇ ਜੇ ਤੁਸੀਂ 1 ਰੰਗ ਦੀ ਬਣਾਉਣੀ ਟੂਟੀ ਫਰੂਟੀ ਤਾਂ ਤੁਸੀਂ ਇਸ ਟਾਈਮ 'ਤੇ ਵੀ ਇਹਦੇ ਵਿੱਚ ਰੰਗ ਪਾ ਸਕਦੇ ਜੇ,
ਅਤੇ ਆਪਾਂ ਤਿੰਨਾਂ ਰੰਗਾਂ ਦੀ ਟੂਟੀ ਫਰੂਟੀ ਬਣਾਵਾਂਗੇ। ਅਤੇ ਉਹਦੇ ਵਾਸਤੇ ਆਪਾਂ ਉਹ ਤਿੰਨ ਭਾਂਡੇ ਲਏ ਆ, ਦੋ ਭਾਂਡੇ ਅਤੇ ਇੱਕ ਇੰਚ ਬਣਾਵਾਂਗੇ ਵੱਖਰੇ ਵੱਖਰੇ ਰੰਗ ਦੀਆਂ। ਅਤੇ ਗੈਸ ਆਪਾਂ ਬੰਦ ਕਰਤਾ ਅਤੇ ਵੱਖਰੇ ਭਾਂਡੇ 'ਚ ਕੱਢ ਲਾਂਗੇ, ਜਿਹੜੇ ਆਪਾਂ ਰੰਗ ਵੱਖਰੇ ਬਣਾਉਣੇ ਆ ਉਨੀ ਕੁ ਆਪਾਂ ਵੱਖਰੀ ਕਰ ਲਾਂਗੇ। ਅਤੇ ਆਪਾਂ ਤਿੰਨਾਂ ਭਾਂਡਿਆਂ 'ਚ ਵੱਖਰੇ ਵੱਖਰੇ ਕਰ ਲਏ ਆ, ਕਿਉਂਕਿ ਆਪਾਂ ਵੱਖਰੇ ਵੱਖਰੇ ਰੰਗ ਦੇ ਵਿੱਚ ਪਾਵਾਂਗੇ। ਇਹਦੇ ਵਿੱਚ ਪਾਵਾਂਗੇ ਆਪਾਂ ਰੈੱਡ ਰੰਗ ਵੱਡੇ 'ਚ, ਅਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਇਹ ਆਪਾਂ ਜਿਹੜੇ ਆਪਣੇ ਵਿੱਚ ਆਪਣੇ ਘਰਾਂ 'ਚ ਰੰਗ ਪਏ ਹੁੰਦੇ ਜਰਦੇ ਵਾਲੇ ਅਤੇ ਜਾਂ ਜਲੇਬ ਵਾਲੇ, ਇਹ ਉਹੀ ਰੰਗ ਆ। ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਦੂਸਰੇ 'ਚ ਪਾਵਾਂਗੇ ਆਪਾਂ ਇਹ ਜਰਦੇ ਵਾਲਾ ਰੰਗ, ਯੈਲੋ, ਜਿਹਨੂੰ ਯੈਲੋ ਕਲਰ ਕਹਿ ਦਿੰਦੇ ਆਪਾਂ, ਉਹ ਪਾਵਾਂਗੇ। ਅਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਅਤੇ ਹੁਣ ਅਗਲੀ ਵਾਰੀ ਜੀ ਹਰੇ ਰੰਗ ਦੀ, ਇਹ 'ਚ ਪਾਵਾਂਗੇ ਆਪਾਂ ਹਰਿਆ ਰੰਗ, ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹੁਣ ਇਹਨੂੰ ਤਿੰਨਾਂ ਰੰਗਾਂ ਨੂੰ ਆਪਾਂ 4 ਤੋਂ 5 ਘੰਟੇ ਤੱਕ ਇਹਦੇ ਵਿੱਚ ਡਿਪ ਰਹਿਣ ਦੇਣਾ, ਤਾਂ ਜੋ ਇਹ ਅੰਦਰ ਤੱਕ ਇਹਦੇ ਰੰਗ ਚਲਿਆ ਜਾਵੇ ਅਤੇ ਟੂਟੀ ਫਰੂਟੀ ਆਪਣੀ ਵਧੀਆ ਬਣੇ। ਮਿਲਦੇ ਹਾਂ ਆਪਾਂ 4 ਘੰਟੇ ਬਾਅਦ। ਅਤੇ ਆਪਣੀ ਟੂਟੀ ਫਰੂਟੀ ਨੂੰ ਰੰਗ ਵੇਖੋ ਕਿੰਨਾ ਵਧੀਆ ਚੜ੍ਹ ਗਿਆ। ਇਹ ਤਕਰੀਬਨ ਅਸੀਂ 5 ਘੰਟੇ ਪਾਣੀ ਦੇ ਵਿੱਚ ਡਿਪ ਰਹਿਣ ਤੀ, ਇਹ ਕਲਰ ਵਾਲੇ ਪਾਣੀ 'ਚ ਜਿਹੜਾ ਚਾਣੀ 'ਚ ਆਪਾਂ ਕਲਰ ਪਾਇਆ ਸੀ, ਆਹ ਦੇਖੋ ਆਹ ਲਾਲ ਦੇਖੋ ਕਿੰਨੀ ਵਧੀਆ ਬਣੀ ਹੈ, ਅਤੇ ਇੱਧਰ ਆ ਯੈਲੋ, ਪੂਰਾ ਰੰਗ ਇਹਦੇ ਅੰਦਰ ਤੱਕ ਚਲ ਗਿਆ। ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਕੋਈ ਛਾਨਣੀ ਲੈ ਕੇ ਅਤੇ ਇਹਨੂੰ ਆਪਾਂ ਛਾਣ ਲਾਂਗੇ। ਸਭ ਤੋਂ ਪਹਿਲਾਂ ਆਪਾਂ ਲਾਲ ਦਾ ਛਾਨਾਂਗੇ ਪਾਣੀ, ਇਸ ਤਰੀਕੇ ਨਾਲ ਆਪਾਂ, ਤਾਂ ਜੋ ਇਹਦਾ ਸਾਰਾ ਐਕਸਟਰਾ ਪਾਣੀ ਬਾਹਰ ਨਿਕਲ ਜੇ। ਅਤੇ ਡਿਊਟੀ ਫਰੂਟ ਬਣਨਾ ਛਾਵੇਂ ਸੁਕਾਉਣਾ, ਉਹ ਵੀ ਤਕਰੀਬਨ 2-4 ਘੰਟੇ ਸੁਕਾਉਣਾ ਛਾਵੇਂ ਆਪਾਂ। ਆਹ ਦੇਖੋ ਕਿੰਨੀ ਵਧੀਆ ਬਣੀ ਹੈ, ਇਸ ਤਰੀਕੇ ਨਾਲ ਆਪਾਂ ਇਹਨੂੰ ਰਹਿਣ ਦਾਂਗੇ। ਆਹ ਜੋ ਪਾਣੀ ਆਪਣਾ ਐਕਸਟਰਾ, ਇਹ ਵੀ ਆਪਾਂ ਵੇਸਟ ਨਹੀਂ ਕਰਨਾ, ਇਹ ਵੀ ਆਪਾਂ ਕੋਈ ਆਪਾਂ ਸ਼ਰਬਤ ਦੇ ਵਿੱਚ ਕੰਮ ਲੈ ਲਾਂਗੇ। ਇਸ ਤਰੀਕੇ ਨਾਲ ਆਪਾਂ ਸਾਰਾ ਪਾਣੀ ਇਹਨਾਂ ਦਾ ਵੀ ਆਪਾਂ ਬਾਹਰ ਕੱਢ ਲਾਂਗੇ, ਐਕਸਟਰਾ ਪਾਣੀ ਦਾ ਟੂਟੀ ਫਰੂਟੀ ਦਾ ਸਾਰਾ ਬਾਹਰ ਨਿਕਲ ਗਿਆ। ਅਤੇ ਹੁਣ ਆਪਾਂ ਇਸ ਤਰ੍ਹਾਂ ਕੋਈ ਪਲੇਟ ਲੈ ਕੇ ਇਹਨੂੰ ਇਹਦੇ ਵਿੱਚ ਆਪਾਂ ਨੂੰ ਛਾਵੇਂ ਸੁਕਾਉਣਾ। ਤਕਰੀਬਨ ਜਿੰਜਰ ਇਹ ਪੂਰੀ ਡਰਾਈ ਨਹੀਂ ਹੁੰਦੀ, ਹੁਣ ਥੋੜ੍ਹੀ ਥੋੜ੍ਹੀ ਗਿੱਲੀ ਆ, ਇਹਨੇ ਛਾਵੇਂ ਸੁੱਕ ਜਾਣਾ, ਤਕਰੀਬਨ 2 ਕੁ ਘੰਟੇ 'ਚ ਸੁੱਕ ਜਾਂਦੀ ਆ। ਇਸ ਤਰੀਕੇ ਨਾਲ ਆਪਾਂ ਦੂਜੀ ਟੂਟੀ ਫਰੂਟੀ ਵੀ ਪਾ ਲਾਂਗੇ। ਇਹਨੇ ਪਾਣੀ ਕੱਢਣ ਰੱਖਿਆ ਸੀ ਅਤੇ ਬਣੀ ਬਹੁਤ ਵਧੀਆ, ਚੀਜ਼ ਜਿਸ ਤਰ੍ਹਾਂ ਆਪਣੀ ਉਹ ਵੀ ਕਵਰ ਹੋ ਜਾਂਦੀ ਆ, ਨਹੀਂ ਸੁੱਟਣੀ ਪੈਂਦੀ ਬਾਹਰ ਆਪਾਂ। ਇਸ ਤਰੀਕੇ ਨਾਲ ਆਪਾਂ ਆਹ ਵੀ ਟੂਟੀ ਫਰੂਟੀ ਸੁਕਾ ਲਾਂਗੇ ਇਸ ਤਰੀਕੇ। ਅਤੇ ਲਓ ਜੀ ਆਪਣੀ ਟੂਟੀ ਫਰੂਟੀ ਸੁੱਕ ਗਈ ਅਤੇ ਆਪਾਂ ਇਕੱਠੀ ਕਰ ਲਈ ਅਤੇ ਬਹੁਤ ਹੀ ਵਧੀਆ ਬਣੀ ਆ। ਅਤੇ ਆਹ ਜਿਹੜਾ ਯੈਲੋ ਕਲਰ ਸੀ ਇਹ ਔਰੇਂਜ ਬਣ ਗਿਆ ਸੁੱਕ ਕੇ, ਇੰਨਾ ਕੁ ਹੋਇਆ, ਥੋੜ੍ਹਾ ਜਿਹਾ ਫਰਕ ਪਿਆ। ਅਤੇ ਜੇ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ, ਅਤੇ ਜਿਹੜੇ ਮੇਰੇ ਚੈਨਲ ਦੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰੱਖਾ।